ਈਵਨ ਪੰਜਾਬੀ ਦੇ ਸਾਰੇ ਦਰਸ਼ਕਾਂ ਲਈ ਜ਼ਰੂਰੀ ਸੂਚਨਾ। ਸਕਰੀਨ 'ਤੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਹਨ ਰਿਪੋਰਟਰ ਗੁਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਗੋਲਡੀ ਦੀਆਂ। ਮਿਤੀ 23/3/2018 ਤੋਂ ਈਵਨ ਪੰਜਾਬੀ ਦੇ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਭਵਿੱਖ ਵਿੱਚ ਵੀ ਇਹਨਾਂ ਦੀ ਕੋਈ ਵੀ ਖਬਰ ਈਵਨ ਪੰਜਾਬੀ ਅਤੇ ਈਵਨ ਪੰਜਾਬੀ ਨਿਊਜ਼ ਵਿੱਚ ਨਹੀਂ ਦਿਖਾਈ ਜਾਵੇਗੀ। ਜੇਕਰ ਇਹ ਦੋਵੇਂ ਈਵਨ ਪੰਜਾਬੀ TV ਦੇ ਨਾਮ 'ਤੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਖਬਰ ਸੰਬੰਧੀ ਜਾਂ ਐਡ ਸੰਬੰਧੀ ਗੱਲਬਾਤ ਕਰਦੇ ਹਨ ਤਾਂ ਤੁਰੰਤ ਈਵਨ ਪੰਜਾਬੀ ਦੇ ਇਹਨਾਂ ਨੰਬਰਾਂ 'ਤੇ ਸੰਪਰਕ ਕਰੋ।